ਜਦੋਂ ਕੋਵਿਡ-19 ਦਾ कहर ਜ਼ਿਆਦਾ ਪਿਆ ਤਾਂ ਉਸ ਤਰ੍ਹਾਂ ਕਈ ਨੌਕਰੀਆਂ ਗਈਆਂ ਤਾਂ ਕੈਨੇਡਾ ਸਰਕਾਰ ਦੇ ਵੱਲੋਂ CEARB ਦੇ ਰੂਪ ਵਿੱਚ ਮਦਦ ਦਿੱਤੀ ਜਾ ਰਹੀ ਸੀ ਤਾਂ ਫਿਰ ਹੁਣ CEARB ਦੀ ਜੋ ਸਮਾਂ ਮਿਆਦ ਹੈ ਜਿਹੜੇ ਸਮੇਂ ਤੱਕ ਇਹ ਮਦਦ ਦਿੱਤੀ ਜਾਣੀ ਸੀ ਉਹ ਜਿਵੇਂ ਖਤਮ ਹੋਣ ਦੇ ਨੇੜੇ ਹੈ ਤਾਂ ਉਸੇ ਤਰ੍ਹਾਂ ਫੈਸਲਾ ਲਿਆ ਗਿਆ ਕਿ EI ਦੇ ਰੂਪ ਵਿੱਚ ਹੁਣ ਮਦਦ ਦਿੱਤੀ ਜਾਵੇਗੀ ਤੇ ਉਸ ਤੇ ਵਾਸਤੇ ਜਿਹੜੇ ਵੀ ਯੋਗਤਾ ਰੱਖਣਗੇ ਉਹਨਾਂ ਨੂੰ ਹੀ ਮਿਲੇਗੀ ਪਰ ਇਸ ਦੇ ਵਿੱਚ ਸੋਧ ਵੀ ਕੀਤੀ ਜਾ ਰਹੀ ਹੈ ਤਾਂ ਇਸੇ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵੀ ਜਾਰੀ ਕੀਤੀ ਜਾ ਰਹੀ ਹੈ ਤੇ ਇੱਕ ਕੈਲਕੂਲੇਟਰ ਵੀ ਚੰਗੇ ਤਰੀਕੇ ਦੇ ਨਾਲ ਦਿੱਤਾ ਜਾਵੇਗਾ ਜਿਸ ਦੇ ਵਿੱਚ ਜਾ ਕੇ ਜੋ ਕਾਮੇ ਨੇ ਜੋ ਕੈਨੇਡਾ ਵਾਸੀ ਨੇ ਉਸ ਦੇ ਵਿੱਚ ਜਾਣਕਾਰੀ ਭਰ ਸਕਦੇ ਨੇ ਤੇ ਉਸ ਤੋਂ ਬਾਅਦ ਮਦਦ ਦੇ ਵਾਸਤੇ ਉਹ ਅਪਲਾਈ ਕਰ ਸਕਦੇ ਨੇ ਪਰ ਹੁਣ ਇੱਥੇ ਬਾਹਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ EI ਦਾ ਜੋ ਸਿਸਟਮ ਹੈ এমਪਲॉयमेंट ਇੰਸ਼ੋਰੈਂਸ ਦਾ ਉਸ ਦੇ ਵਿੱਚ ਕਈ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਜੋ ਕੈਨੇਡਾ ਭਰ ਦੇ ਵਿੱਚ EI ਦੇ ਰਾਹੀਂ ਮਦਦ ਦਿੱਤੀ ਜਾਂਦੀ ਹੈ ਉਸ ਸੰਬੰਧੀ ਸਾਰੇ ਕੈਨੇਡੀਅਨਸ ਦੇ ਨਾਲ ਇੱਕੋ ਜਿਹਾ ਵਤੀਰਾ ਨਹੀਂ ਹੁੰਦਾ ਉਹ ਕਿਵੇਂ ਉਹ ਤੁਹਾਨੂੰ ਅਸੀਂ ਦੱਸਾਂਗੇ ਜੇਕਰ ਤੁਸੀਂ ਸੀਈਆਰਬੀ ਦੇ ਰਾਹੀਂ ਮਦਦ ਲੈ ਰਹੇ ਹੋ ਤੇ ਫਿਰ ਤੁਸੀਂ ਕੈਨੇਡਾ ਸਰਕਾਰ ਤੋਂ ਅੱਗੇ ਵੀ ਮਦਦ ਲੈਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਵੀ ਬਹੁਤ ਅਹਿਮ ਹੈ ਇਸ ਦੇ ਵਿੱਚ ਹਮ ਫਰੇਜ਼ਰ ਇੰਸਟੀਚੂਟ ਵੱਲੋਂ ਇੱਕ ਰਿਸਰਚ ਪੇਪਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕੁਝ ਅਜਹਈਆਂ ਗੱਲਾਂ ਸਾਹਮਣੇ ਲਿਆਂਦੀਆਂ ਗਈਆਂ ਨੇ ਤੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਉਦਾਹਰਨਾਂ ਵੀ ਦੱਸੀਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਜੋ EI ਦਾ ਸਿਸਟਮ ਹੈ ਉਸ ਦੇ ਵਿੱਚ ਵੀ ਕਈ ਅਜਹਈਆਂ ਚੀਜ਼ਾਂ ਨੇ ਜਿਸ ਤੋਂ ਬਾਅਦ ਯੋਗਤਾ ਜਿਹੜੀ ਉਹ ਕਾਮਿਆਂ ਨਾਲ ਸਬੰਧਤ ਉਹ ਵੱਖੋ-ਵੱਖਰੇ ਤਰੀਕੇ ਨਾਲ ਵੱਖੋ-ਵੱਖਰੇ ਸੂਬਿਆਂ ਦੇ ਵਿੱਚ ਹੁੰਦੀ ਹੈ ਜਿਸ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਕੈਨੇਡੀਅਨਸ ਦੇ ਵਾਸਤੇ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਥੇ ਇਹ ਵੀ ਹੈ ਕਿ ਜਿਹੜੇ ਫੁੱਲ ਟਾਈਮ ਵਰਕਰ ਨੇ ਉਹ ਤਾਂ ਇਹ ਦੇ ਵਾਸਤੇ ਐਲੀਜੀਬਲ ਹੈਗੇ ਨੇ ਪਰ ਜਿਹੜੇ ਪਾਰਟ ਟਾਈਮ ਨੇ ਉਹ ਨਹੀਂ ਹੁੰਦੇ ਪਰ ਉਸ ਦੇ ਨਾਲ ਹੀ ਜੇਕਰ ਕੋਈ ਸੈਲਫ এমਪਲoyed ਹੈ ਯਾਨੀ ਕਿ ਜੋ ਆਪਣੇ ਨਾਮ ਦੇ ਉੱਤੇ ਜੋ ਉਹਨਾਂ ਦੇ ਕੰਪਨੀ ਰਜਿਸਟਰਡ ਹੈ ਤੇ ਉਹ ਫਿਰ ਵੀ ਕੰਮ ਕਰ ਰਹੇ ਨੇ ਤੇ ਉਸ ਕੰਪਨੀ ਦੇ ਵਿੱਚ ਕੰਮ ਕਰਨ ਦੇ ਵਾਸਤੇ ਉਹ ਇਹ ਦੇ ਵਾਸਤੇ ਐਲੀਜੀਬਲ ਨਹੀਂ ਹੁੰਦੇ ਕਿਉਂਕਿ ਇਸ ਤੇ ਪਿੱਛੇ ਕਾਰਨ ਦਿੱਤਾ ਜਾਂਦਾ ਹੈ ਕੇ ਜੇਕਰ ਉਹ ਆਪਣੀ ਹੀ ਕੰਪਨੀ ਵਿੱਚ ਕੰਮ ਕਰ ਰਹੇ ਨੇ ਤਾਂ ਆਪਣੇ ਵੱਲੋਂ ਉਹ ਕਿੰਨੇ ਵੀ ਘੰਟੇ ਪਾਸ ਸਕਦੇ ਨੇ ਕਿ ਮੈਂ 8 ਘੰਟੇ ਕੰਮ ਕੀਤਾ ਤੇ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਉਹ ਜਿਆਦਾ ਤੋਂ ਜਿਆਦਾ ਘੰਟੇ ਪਾਸ ਸਕਦੇ ਨੇ ਤਾਂ ਕਿ ਉਹ ਜ਼ਿਆਦਾ ਜ਼ਿਆਦਾ EI ਲੈ ਸਕਣ ਜਿਸ ਕਰਕੇ ਕਿ ਜਿਹੜੇ ਸੈਲਫ এমਪਲੋਇਡ ਨੇ ਉਹ EI ਦੇ ਵਾਸਤੇ एलिजिਬਲ ਨਹੀਂ ਹੁੰਦੇ ਪਰ ਹੁਣ ਇੱਥੇ ਇਹ ਵੀ ਹੈ ਜੋ ਇਸ ਰਿਸਰਚ ਪੇਪਰ ਦੇ ਵਿੱਚ ਸਵਾਲ ਚੁੱਕੇ ਗਏ ਨੇ ਉਸ ਵਿੱਚ ਇੱਕ ਉਦਾਹਰਣ ਦਿੱਤੀ ਗਈ ਹੈ ਜਿਸ ਤਬ ਇਸ ਤਸਿਆ ਗਿਆ ਕਿ ਜੇਕਰ ਇੱਕ ਵਿਅਕਤੀ ਨਿਊਬਰਸਫਿਕ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਉਥੇ ਅਲਬਰਟ ਖੇਤਰ ਵਿੱਚੋਂ ਕੰਮ ਕਰ ਰਿਹਾ ਹੈ ਤਾਂ ਜੇਕਰ ਉਸਨੇ ਇਹਦੇ ਵਾਸਤੇ ਯੋਗਤਾ ਰੱਖਣੀ ਹੈ ਤਾਂ ਉਸ ਨੂੰ 420 ਘੰਟੇ ਕੰਮ ਕਰਨਾ ਪਵੇਗਾ ਘੱਟੋ-ਘੱਟ ਤੇ ਫਿਰ ਕਿਤੇ ਜਾ ਕੇ ਉਸ ਨੂੰ 32 ਹਫ਼ਤੇ ਦੇ ਵਾਸਤੇ EI ਦੇ ਸੰਬੰਧੀ ਮਦਦ ਮਿਲੇਗੀ ਤੇ ਜੇਕਰ ਆਪਾਂ ਵੱਤ ਤੋਂ ਵੱਤ ਦੀ ਗੱਲ ਕਰ ਲੈਂਦੇ ਆ ਤਾਂ ਉਸ ਮੁਤਾਬਕ ਉਸ ਨੂੰ ਜੇਕਰ 45 ਹਫਤੇ ਦੇ ਵਾਸਤੇ ਮਦਦ ਚਾਹੀਦੀ ਹੈ ਤਾਂ ਉਸ ਨੂੰ ਘੱਟੋ ਘੱਟ 1330 ਘੰਟੇ ਕੰਮ ਕਰਨਾ ਪਵੇਗਾ 1330 ਘੰਟੇ ਕੰਮ ਕਰਨ ਤੋਂ ਬਾਅਦ ਉਹ 45 ਹਫਤੇ ਦੇ ਵਾਸਤੇ ਯੋਗਤਾ ਰੱਖੇਗਾ EIA ਦੇ ਵਾਸਤੇ ਜੋ ਜੁਲਾਈ 2020 ਦੇ ਵਿੱਚ ਬੇਰੋਜ਼ਗਾਰੀ ਦਰ ਸਾਹਮਣੇ ਆਈ ਉਸ ਮੁਤਾਬਕ ਉੱਥੇ ਬੇਰੋਜ਼ਗਾਰੀ ਦਰ ਹੈ ਜੋ ਉਹ 18.8% ਦੇ ਕਰੀਬ ਹੈ ਜਿਸ ਕਰਕੇ ਇਸ ਦੀ ਯੋਗਤਾ ਦੇ ਉੱਤੇ ਵੀ ਫਰਕ ਹੈ ਕਿ EI ਦੇ ਵਾਸਤੇ ਜੇਕਰ 420 ਘੰਟੇ ਨੇ ਤਾਂ 32 ਹਫ਼ਤੇ ਦੇ ਵਾਸਤੇ ਮਦਦ ਮਿਲੇਗੀ ਜੋ ਘੱਟ ਘੰਟੇ ਕੰਮ ਕਰਕੇ ਵੀ 32 ਹਫ਼ਤੇ ਤੱਕ ਦੀ ਮਦਦ ਮਿਲ ਰਹੀ ਹੈ ਪਰ ਜੇਕਰ ਇੱਕ ਵਿਅਕਤੀ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫਰਡ ਦੇ ਵਿੱਚ ਕੰਮ ਕਰ ਰਿਹਾ ਜੋ ਤੁਹਾਨੂੰ ਉਦਾਹਰਨਾਂ ਸਿਦੱਸ ਰਹੇ ਹਨ ਇਹ ਉਸ ਪੇਪਰ ਦੇ ਵਿੱਚ ਹੀ ਸਾਂਝੀਆਂ ਕੀਤੀਆਂ ਗਈਆਂ ਨੇ ਜੋ ਫਰੇਜ਼ਰ ਇੰਸਟੀਚਿਊਟ ਦੇ ਵੱਲੋਂ ਜਾਰੀ ਕੀਤਾ ਗਿਆ ਹੁਣ ਜੇਕਰ ਇੱਕ ਵਿਅਕਤੀ ਐਬਸਫਰਡ ਦੇ ਵਿੱਚ ਕੰਮ ਕਰ ਰਿਹਾ ਤਾਂ ਉਸ ਨੂੰ ਜੇਕਰ ਮਦਦ ਯੋਗ ਦੇ ਤਹਿਤ ਵਿੱਤੀ ਤੌਰ ਤੇ ਚਾਹੀਦੀ ਹੈ ਤਾਂ ਘੱਟੋ ਘੱਟ ਉਸ ਨੂੰ ਪਹਿਲਾਂ 595 ਘੰਟੇ ਕੰਮ ਕਰਨਾ ਪਵੇਗਾ ਤਾਂ ਕਿਤੇ ਜਾ ਕੇ ਉਹ ਬੱਤੀ ਨਹੀਂ ਸਗੋਂ ਉਸ ਤੋਂ ਵੀ ਘੱਟ ਸਿਰਫ 18 ਹਫ਼ਤੇ ਦੇ ਲਈ ਐਲੀਜੀਬਲ ਹੋਵੇਗਾ ਕਿ ਉਸ ਨੂੰ ਈਏ 18 ਹਫ਼ਤੇ ਦੇ ਵਾਸਤੇ ਹੀ ਮਿਲੇਗੀ ਜੇਕਰ ਉਸਨੇ 595 ਘੰਟੇ ਕੰਮ ਕੀਤਾ ਯਾਨੀ ਕਿ ਜੋ ਨਿਊਬਰਨਸਕ ਦੇ ਤੁਹਾਨੂੰ ਇਹਦੇ ਵਿੱਚ ਉਦਾਹਰਣ ਦਿੱਤੀ ਹੈ ਜੋ ਉਸ ਪੇਪਰ ਦੇ ਮੁਤਾਬਕ ਹੈ ਉਸ ਦੇ ਨਾਲੋਂ ਕਿੰਨਾ ਫਰਕ ਹੈ ਕਿ ਘੰਟੇ ਵੀ ਜ਼ਿਆਦਾ ਲਾਉਣੇ ਪੈਣਗੇ ਤੇ ਮਦਦ ਵੀ ਘੱਟ ਸਮੇਲੇ ਮਿਲੇਗੀ ਤੇ ਉਹ ਵੀ ਇੱਕ ਕੈਨੇਡਾ ਵਾਸੀ ਹੈ ਤੇ ਜੋ ਉੱਥੇ ਕੰਮ ਕਰ ਰਿਹਾ ਉਹ ਵੀ ਇੱਕ ਕੈਨੇਡਾ ਵਾਸੀ ਹੈ ਤੇ ਦੂਜੇ ਪਾਸੇ ਜੇਕਰ ਉਸਨੇ ਵੱਧ ਤੋਂ ਵੱਧ ਜੋ 42 ਹਫ਼ਤੇ ਦੇ ਵਾਸਤੇ ਮਦਦ ਲੈਣੀ ਹੈ ਤਾਂ ਉਸ ਨੂੰ 1820 ਘੰਟੇ ਨੇ ਜੋ ਘਟੋ ਘਟ ਕੰਮ ਕਰਨਾ ਪਵੇਗਾ ਤਾਂ ਕਿ ਤੇ ਜਾ ਕੇ ਉਸ ਨੂੰ 42 ਹਫ਼ਤੇ ਦੇ ਵਾਸਤੇ ਮਦਦ ਮਿਲੇਗੀ ਕਿਉਂ ਕਿ ਉਸ ਖੇਤਰ ਦੇ ਵਿੱਚ ਬੇਰੋਜ਼ਗਾਰੀ ਦਰ ਹੈ ਜੋ ਉਹ 8.8% ਹੈ ਹੁਣ ਜੋ ਬੇਰੋਜ਼ਗਾਰੀ ਦਰ ਹੈ ਉਸ ਖੇਤਰ ਦੇ ਵਿੱਚ ਕੰਮ ਹੈ ਜਾਂ ਨਹੀਂ ਕਿੰਨੇ ਕੰਮੇ ਦੇ ਨੌਕਰੀਆਂ ਗਈਆਂ ਹਾਲਾਤ ਦੇ ਉੱਤੇ ਨਿਰਭਰ ਕਰਦਾ ਹੈ ਤੇ ਫਿਰ ਇੱਕ ਥਾਂ ਦੇ ਉੱਤੇ ਬੇਰੋਜ਼ਗਾਰੀ ਦਰ ਬਹੁਤ ਜ਼ਿਆਦਾ ਦੂਜੀ ਥਾਂ ਦੇ ਉੱਤੇ ਬੇਰੋਜ਼ਗਾਰੀ ਦਰ ਬਹੁਤ ਘੱਟ ਹੈ ਪਰ ਉਸ ਦੇ ਵਿੱਚ ਕੈਨੇਡਾ ਵਾਸੀਆਂ ਦਾ ਕੀ ਕਸੂਰ ਹੈ ਬੇਰੋਜ਼ਗਾਰੀ ਦਰ ਦੇ ਉੱਤੇ ਉਹਨਾਂ ਦੀ ਯੋਗਤਾ ਕਿਉਂ ਨਿਰਪਰ ਕਰਦੀ ਹੈ ਇਸ ਤੇ ਉੱਤੇ ਸਵਾਲ ਚੁੱਕੇ ਗਏ ਨੇ ਕਿ ਉਹਨਾਂ ਨੂੰ ਇੰਨੇ ਜ਼ਿਆਦਾ ਘੰਟੇ ਕੰਮ ਕਿਉਂ ਕਰਨਾ ਪਵੇਗਾ ਆਪਣੀ ਯੋਗਤਾ ਰੱਖਣ ਦੇ ਵਾਸਤੇ ਆਈਆਈ ਦੇ ਵਾਸਤੇ ਜੇਕਰ ਇਸ ਦੇ ਵਿੱਚ ਹਾਲਾਤ ਹੀ ਉਹਨਾਂ ਦੇ ਕਾਬੂ ਦੇ ਵਿੱਚ ਨਹੀਂ ਨੇ ਬਕ ਕੋ ਬਕਰੇ ਥਾਂ ਦੀ ਬੇਰੋਜ਼ਗਾਰੀ ਦਰ ਦੇ ਉੱਤੇ ਨਿਰਪਰ ਕਰਦਾ ਪਰ ਇਹ ਤਾਂ ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਜਰੂਰ ਜੇਕਰ ਹਰ ਸੂਬੇ ਦੇ ਹੱਥ ਵਿੱਚ ਹੋਵੇ ਪਰ ਇਹ ਫੈਡਰਲ ਸਰਕਾਰ ਦੇ ਅਧੀਨ ਆਉਂਦਾ ਹੈ ਫੈਡਰਲ ਸਰਕਾਰ ਈਏ ਦੇ ਵਾਸਤੇ ਜੋ ਐਲੀਜੀਬਿਲਟੀ ਵੀ ਜੋਰੇ ਵਾਸਤੇ ਕਾਨੂੰਨ ਵੀ ਬਣਾਉਂਦੀ ਹੈ ਹਦਾਇਤਾਂ ਜਿਹੜਾ ਸਾਰਾ ਇਸ ਦਾ ਕੰਮ ਹੈ ਉਹ ਉਸੇ ਦੇ ਅਧੀਨ ਆਉਂਦਾ ਹੈ ਤੇ ਉਹਨਾਂ ਦੇ ਵੱਲੋਂ ਹੀ ਫੈਸਲੇ ਲਏ ਜਾਂਦੇ ਨੇ ਜਿਸ ਕਰਕੇ ਹੁਣ ਇਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਕੁਝ ਇਸ ਤਰ੍ਹਾਂ ਇਸ ਪੂਰੇ ਪ੍ਰੋਗਰਾਮ ਨੂੰ ਮੁੜ ਤੋਂ ਤਿਆਰ ਕਰੇ ਜਿਸ ਦੇ ਵਿੱਚ ਸਾਰੇ ਕੈਨੇਡੀਅਨਸ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਵੇ ਤੇ ਜੇਕਰ ਇੱਕ ਥਾਂ ਦੇ ਉੱਤੇ ਇੱਕ ਕੈਨੇਡਾ ਵਾਸੀ ਇੰਨੇ ਘੰਟੇ ਕੰਮ ਕਰਕੇ ਉਸ ਤੋਂ ਬਾਅਦ ਉਹ ਇੰਨੇ ਹਫ਼ਤੇ ਦੇ ਵਾਸਤੇ ਮਦਦ ਲੈ ਸਕਦਾ ਤਾਂ ਦੂਜੀ ਥਾਂ ਦੇ ਤੇ ਵੀ ਕੁਝ ਅਜੀਹਾ ਹੀ ਹੋਵੇ ਤਾਂ ਇਸ ਦੀ ਮੰਗ ਕੀਤੀ ਜਾ ਰਹੀ ਹੈ ਕਿ EIA ਨੂੰ ਲੈ ਕੇ ਜਿਹੜਾ ਕਾਨੂੰਨ ਹੈ ਉਹ ਕੁਝ ਇਸ ਤਰ੍ਹਾਂ ਲਿਆਂਦਾ ਜਾਵੇ ਜੋ ਉਸ ਨੂੰ ਲੈ ਕੇ ਅਗਲੇ ਹਫਤੇ ਤੱਕ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪੱਕੇ ਤੌਰ ਦੇ ਉੱਤੇ ਈਏ ਨਾਲ ਸੰਬੰਧਿਤ ਜੋ ਵੀ ਪਲਾਨ ਕੀਤਾ ਜਾ ਰਿਹਾ ਹੈ ਉਹ ਸਾਰਾ ਕੁਝ ਉਹਨਾਂ ਦੇ ਵੱਲੋਂ ਲਿਆ ਦਿੱਤਾ ਜਾਵੇਗਾ ਉਸ ਦਾ ਐਲਾਨ ਕਰ ਦਿੱਤਾ ਜਾਵੇਗਾ ਅੱਜ ਹੀ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਈਏ ਦੇ ਨਾਲ ਸੰਬੰਧਿਤ ਜਿਹੜੇ ਨਵੀਆਂ ਚੀਜ਼ਾਂ ਆ ਰਹੀਆਂ ਨੇ ਕਿਵੇਂ ਆਉਣਗੀਆਂ ਤੇ ਕੈਲਕੂਲੇਟਰ ਵੀ ਜੋ ਅੱਗੇ ਆ ਜਾਵੇਗਾ ਕੈਨੇਡਾ ਸਰਕਾਰ ਦੀ ਵੈੱਬਸਾਈਟ ਦੇ ਉੱਤੇ ਜਿਸ ਤੋਂ ਬਾਅਦ ਈਏ ਦੇ ਤਹਿਤ ਮਦਦ ਲਈਤੀ ਜਾ ਸਕਦੀ ਹੈ ਪ੍ਰਯੋਗਤਾ ਰੱਖਣ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਜਿੱਥੇ ਇੱਕ ਪਾਸੇ ਬੇਰੁਜ਼ਗਾਰੀ ਦਰ ਘਟ ਹੈ ਤਾਂ ਦੂਜੇ ਪਾਸੇ ਨੌਕਰੀਆਂ ਵਾਪਸ ਵੀ ਆ ਰਹੀਆਂ ਨੇ ਬਹੁਤ ਸਾਰੇ ਲੋਕ ਮੁਰਦ ਤੋਂ ਨੌਕਰੀਆਂ ਤੇ ਜਾ ਵੀ ਰਹੇ ਨੇ ਪਰ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ 'ਚ ਲੋਕ ਨੇ ਜਿਹੜੇ ਹਜੇ ਵੀ ਫੁੱਲ ਟਾਈਮ ਕੰਮ ਤੇ ਨਹੀਂ ਜਾ ਸਕੇ ਪਾਰਟ ਟਾਈਮ ਜਾ ਰਹੇ ਨੇ ਹੁਣ ਉਹ ਕੀ ਹੋਇਆ ਕਿ ਉਹਨਾਂ ਨੂੰ ਜਦੋਂ ਪਾਰਟ ਟਾਈਮ ਕੰਮ ਕਰ ਰਹੇ ਨੇ ਉਹ ਤਾਂ ਉਹਨਾਂ ਦੀ ਕਮਾਈ ਵੀ ਘਟ ਹੈ ਤਾਂ ਦੂਜੇ ਪਾਸੇ ਉਹ EI ਦੇ ਵਾਸਤੇ ਵੀ ਯੋਗਤਾ ਨਹੀਂ ਰੱਖਣਗੇ ਕਿਉਂਕਿ ਉਹ ਪਾਰਟ ਟਾਈਮ ਕੰਮ ਕਰ ਰਹੇ ਨੇ ਜਿਸ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤਾਂ ਦੂਜੇ ਪਾਸੇ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੀ ਹੁਣ ਤੱਕ ਮਦਦ ਦਿੱਤੀ ਵੀ ਗਈ ਹੈ ਤਾਂ ਇਸ ਨੂੰ ਲੈ ਕੇ ਜੋ CEAB ਨਾਲ ਸੰਬੰਧਿਤ ਫਰਾਡ ਨੇ ਉਹ ਵੀ ਵੱਡੇ ਪੱਧਰ ਦੇ ਉੱਤੇ ਹੋਏ ਨੇ ਤਾਂ ਉਸ ਦੇ ਉੱਤੇ ਵੀ ਜਾਂਚ ਖੋਲਣ ਦੀ ਗੱਲ ਜਿਹੜੀ ਉਹ ਬਾਰ-ਬਾਰ ਕਹੀ ਜਾ ਰਹੀ ਹੈ ਤੇ ਜਾਂਚ ਕੀਤੀ ਵੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੈਨੇਡੀਅਨਸ ਦੇ ਕੋਲ ਵਾਧੂ ਪੈਸੇ ਆਏ ਨੇ ਅਜੇ ਵੀ ਉਹ ਵਾਪਸ ਕਰ ਸਕਦੇ ਨੇ ਤੇ ਵਾਪਸ ਕਰਨ ਦੇ ਵਾਸਤੇ canada.ca ਦੇ ਉੱਤੇ ਵੀ ਸਾਰੀ ਜਾਣਕਾਰੀ ਮੌਜੂਦ ਹੈ ਜਿਵੇਂ ਉੱਥੇ ਤੁਸੀਂ canada.ca ਦੇ ਉੱਤੇ ਜਾਂਦੇ ਹੋ ਤਾਂ ਜੇਕਰ ਤੁਸੀਂ ਕੋਰੋਨਾ ਵਾਇਰਸ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣੀ ਹੈ ਤਾਂ ਉੱਥੇ ਉਸ ਸੰਬੰਧੀ ਦੀ ਇੱਕ ਬਾਕਸ ਬਣਿਆ ਹੋਇਆ ਉੱਥੇ ਕਲਿੱਕ ਕਰ ਸਕਦੇ ਹੋ ਸੀ ਇਆਰਬੀ ਨਾਲ ਸੰਬੰਧਿਤ ਵੀ ਤੇ ਪ੍ਰੋਗਰਾਮਸ ਜਿਹੜੇ ਵੱਖ-ਵੱਖਰੇ ਸਰਕਾਰ ਵੱਲੋਂ ਲਿਆਂਦੇ ਗਏ ਨੇ ਖਾਸ ਕੋਵਿਡ-19 ਦੇ ਕਰਕੇ ਉਹ ਜਦੋਂ ਉਹਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਸਾਰੇ ਤਰ੍ਹਾਂ ਦੇ ਉਸ ਦੇ ਵਿੱਚ ਚੋਣਾਂ ਦੱਸੀਆਂ ਜਾ ਰਹੀਆਂ ਨੇ ਪੂਰੀ ਜਾਣਕਾਰੀ ਜੋ canada.ca ਦੇ ਉੱਤੇ ਪਈ ਹੈ ਤੇ ਇਹ ਇਹਨਾਂ ਸੰਬੰਧਿਤ ਪੂਰੀ ਤਰ੍ਹਾਂ ਜਾਣਕਾਰੀ ਹੈ ਜਿਹੜੀ ਉਹ ਅਗਲੇ ਹਫ਼ਤੇ ਤੱਕ ਕਿਹਾ ਜਾ ਰਿਹਾ ਹੈ ਕਿ ਪੱਕੇ ਤੌਰ ਦੇ ਉੱਤੇ ਆ ਜਾਵੇਗੀ ਤੇ ਜੇਕਰ ਉਸ ਦੇ ਵਿੱਚ ਕੋਈ ਵੀ ਹੋਰ ਅਪਡੇਟ ਆਉਂਦੀ ਹੋ ਉਸ ਸੀ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚਾਵਾਂਗੇ